ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੀ ਬਹੁਤ ਹੀ ਜ਼ਬਰਦਸਤ ਡਿਮਾਂਡ ਦੇ ਉੱਤੇ ਲੈ ਕੇ ਆਏ ਹਾਂ ਅਲਫਾ ਵਨ ਦੇ ਬਿਲਕੁਲ ਸਾਹਮਣੇ, ਬਹੁਤ ਹੀ ਪੌਸ਼ ਏਰੀਏ ਦੇ ਵਿੱਚ, ਬਿਲਕੁਲ GT ਰੋਡ ਸਾਹਮਣੇ ਉਹ ਦੇਖੋ ਨਜ਼ਰ ਆ ਰਹੀ ਹੈ। ਅਤੇ ਤੁਹਾਨੂੰ ਇੱਕ ਕੋਰਨਰ ਵਾਲੀ ਜਿਹੜੀ ਕੋਠੀ ਦਿਖਾਵਾਂਗੇ, ਆ ਦੇਖੋ ਇਸ ਪਾਸੇ ਜਿਹੜੀ ਆ ਉਹ 30 ਫੁੱਟ ਦੀ ਰੋਡ ਆ, ਇਸ ਪਾਸੇ ਵੀ ਜਿਹੜੀ ਆ ਉਹ 25 ਫੁੱਟ ਦੀ ਰੋਡ ਆ, ਔਰ ਇਹ ਕੋਰਨਰ ਵਾਲਾ ਜਿਹੜਾ ਵਾ 106 ਗਜ਼ ਦਾ ਘਰ ਆ। ਇਹ ਐਂਟਰੈਂਸ ਤੁਸੀਂ ਦੇਖ ਰਹੇ ਹੋ, ਇੱਧਰ ਛੋਟਾ ਗੇਟ ਵੀ ਲੱਗਾ ਹੋਇਆ, ਗੱਡੀ ਕੋਈ ਵੀ ਤੁਸੀਂ ਇੱਥੇ ਪਾਰਕ ਕਰ ਸਕਦੇ ਹੋ। ਡਬਲ ਸਟੋਰੀ ਪੂਰਾ ਘਰ ਆ, ਬਹੁਤ ਹੀ ਅੱਛੇ ਮਟੀਰੀਅਲ ਨਾਲ ਬਣਿਆ ਹੋਇਆ। ਇਸ ਪਾਸੇ ਤੁਸੀਂ ਵਾਸ਼ਿੰਗ ਦਾ ਆਪਣਾ ਜਿਹੜਾ ਇਸ ਏਰੀਏ ਨੂੰ ਯੂਜ਼ ਕਰ ਸਕਦੇ ਹੋ ਐਜ਼ ਏ ਵਾਸ਼ਿੰਗ। ਔਰ ਇਹ ਜਿਵੇਂ ਆਪਾਂ ਐਂਟਰੈਂਸ ਕਰਦੇ ਹਾਂ ਜੀ, ਇਸ ਪਾਸੇ ਇੱਥੇ ਆਪਾਂ ਨੂੰ ਲੌਬੀ ਮਿਲ ਜਾਂਦੀ ਹੈ। ਇਹ ਲੌਬੀ ਦਾ ਏਰੀਆ ਵਾ, ਗੁੱਡ ਮਟੀਰੀਅਲ ਯੂਜ਼ ਕੀਤਾ ਵਾ, ਅੱਛਾ ਮਟੀਰੀਅਲ ਯੂਜ਼ ਕੀਤਾ ਵਾ ਘਰ ਨੂੰ ਬਣਾਉਣ ਵਾਸਤੇ। ਇਹ ਸਟੇਅਰ ਕੇਸ ਹੈ ਜੀ ਅੱਪਰ ਜਾਣ ਵਾਸਤੇ ਫਸਟ ਫਲੋਰ ਦੇ ਉੱਤੇ, ਫਸਟ ਫਲੋਰ ਵੀ ਤੁਹਾਨੂੰ ਦਿਖਾਉਂਦੇ ਹਾਂ। ਇਸ ਪਾਸੇ ਆਪਾਂ ਨੂੰ ਮਿਲ ਜੂਗੀ ਜੀ ਇਨੋਟੈਕ, ਦੇਖ ਲੈਂਦੇ ਹਾਂ ਇਨੋਟੈਕ ਹੀ ਹੈ, ਹਾਂ ਇਨੋਟੈਕ ਜਿਹੜੀ ਤੁਹਾਨੂੰ ਇੱਥੇ ਕਿਚਨ ਮਿਲ ਜਾਏਗੀ। ਨੋਰਮਲ ਜਿਹੜੀਆਂ ਨੇ ਸਟੇਨਲੈਸ ਸਟੀਲ ਦੀਆਂ ਟੈਬਸ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ, ਔਰ ਇਹ ਫਲੋਰਿੰਗ ਜਿਹੜੀ ਲੱਗੀ ਹੋਈ ਹੈ ਵਿਟਰੀਫਾਈਡ ਟਾਈਲ ਫਲੋਰਿੰਗ ਲੱਗੀ ਹੋਈ ਹੈ। ਡਾਊਨ ਸੀਲਿੰਗ ਜਿਹੜੀ ਆ ਉਹ ਅੱਛੀ ਡਾਊਨ ਸੀਲਿੰਗ ਹੋਈ ਹੈ। ਕੋਰਨ ਵਾਲਾ ਘਰ ਹੋਣ ਕਰਕੇ ਹਾਲੇ ਫਿਲਹਾਲ, ਕਿਉਂਕਿ ਘਰ ਯੂਜ਼ ਨਹੀਂ ਹੈਗਾ ਤਾਂ ਥੋੜ੍ਹਾ ਧੂੜ ਵਗੈਰਾ ਤੋਂ ਇਹਨੂੰ ਇਹ ਪ੍ਰੋਟੈਕਟ ਕੀਤਾ ਆ। ਔਰ ਗਰਾਊਂਡ ਫਲੋਰ 'ਤੇ ਸਾਨੂੰ ਦੋਸਤੋ ਮਿਲਦਾ ਇੱਕੋ ਹੀ ਬਹੁਤ ਵੱਡਾ ਜਿਹੜਾ ਮਾਸਟਰ ਬੈਡਰੂਮ, ਇਹਦੇ ਨਾਲ ਵੀ ਤੁਹਾਨੂੰ ਇੱਥੇ ਕੋਰਨਰ ਦੀ ਵਿੰਡੋ ਵੀ ਮਿਲ ਜਾਂਦੀ ਹੈ, ਔਰ ਬਹੁਤ ਸੋਹਣੀ ਡਾਊਨ ਸੀਲਿੰਗ ਹੈ ਇਹਦੇ ਵਿੱਚ। ਔਰ ਇਹਦੇ ਨਾਲ ਸਾਨੂੰ ਮਿਲ ਜਾਂਦਾ ਜੀ ਡਰੈਸਿੰਗ, ਇਹ ਕਾਫੀ ਵੱਡਾ ਡਰੈਸਿੰਗ ਇੱਥੇ ਬਣ ਜਾਏਗਾ, ਇਹ ਤੁਸੀਂ ਦੇਖ ਸਕਦੇ ਹੋ। ਇਹ ਪੂਰੀ ਦੀ ਪੂਰੀ ਇੱਥੇ ਵੱਡੀ ਅਲਮੀਰਾ ਬਣੇਗੀ, ਔਰ ਪੂਰੇ ਕੱਪੜੇ ਜਿਹੜੇ ਆ ਸਰਦੀਆਂ ਗਰਮੀਆਂ ਤੁਸੀਂ ਰੱਖ ਸਕਦੇ ਹੋ। ਔਰ ਇਸ ਪਾਸੇ ਸਾਨੂੰ ਮਿਲ ਜਾਂਦਾ ਜੀ ਅਟੈਚ ਵਾਸ਼ਰੂਮ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਅੱਛੀ ਜਿਹੜੀ ਆ ਫਿਟਿੰਗ ਇਹਦੇ ਵਿੱਚ ਸਟੇਨਲੈਸ ਸਟੀਲ ਯੂਜ਼ ਹੋਈ ਹੋਈ ਹੈ। ਕੁਛ ਕੁ ਫਿਟਿੰਗਸ ਜਿਹੜੀਆਂ ਜੈਗੁਆਰ ਦੀਆਂ ਵੀ ਇਹਦੇ ਵਿੱਚ ਯੂਜ਼ ਨੇ, ਜਿਵੇਂ ਇਹ ਜੈਗੁਆਰ ਦੀ ਫਿਟਿੰਗ ਹੈ। ਅੱਛੀ ਟਾਈਲ ਜਿਹੜੀ ਆ ਉਹ ਟਾਈਲ ਇੱਥੇ ਲੱਗੀ ਹੋਈ ਹੈ, ਸੋ ਬਹੁਤ ਸੋਹਣਾ ਕੰਬੀਨੇਸ਼ਨ ਕਰਕੇ ਬਾਥਰੂਮ ਬਣਾਇਆ ਵਾ। ਸੋ ਹੁਣ ਆਪਾਂ ਤੁਹਾਨੂੰ ਦਿਖਾਉਣਵਾਂਗੇ ਜੀ, ਕਿਉਂਕਿ ਇਹ ਪੌਸ਼ ਏਰੀਆ ਵਾ ਇਸ ਕਰਕੇ ਜ਼ਮੀਨ ਦੀ ਕੋਸਟ ਵੱਧ ਜਾਂਦੀ ਹੈ ਅਤੇ ਕੋਠੀ ਦੀ ਕੋਸਟ ਵੱਧ ਜਾਂਦੀ ਹੈ। ਅਤੇ ਫਸਟ ਫਲੋਰ 'ਤੇ ਦੇਖਦੇ ਹਾਂ ਜੋ ਉੱਪਰ 2 ਰੂਮ ਨੇ ਅਤੇ ਵਿਹੜਾ ਆ। ਅਤੇ ਆਪਾਂ ਆ ਗਏ ਹਾਂ ਫਸਟ ਫਲੋਰ ਦੇ ਉੱਤੇ। ਸਟੇਅਰ ਕੇਸ ਬਾਰੇ ਦੱਸਣਾ ਚਾਹੂੰਗਾ ਕਿ ਗ੍ਰੇਨਾਈਟ ਅਤੇ ਟਾਈਲ ਮਿਕਸ ਕਰਕੇ ਬਣਾਈ ਹੈ, ਜਿਹੜਾ ਟੋਪ ਆ ਉਹ ਗ੍ਰੇਨਾਈਟ ਦਾ ਲੱਗਾ ਵਾ, ਜਿਹੜਾ ਖੜ੍ਹੇ ਲੱਗ ਦੀ ਜਿਹੜੀ ਲਾਉਣੀ ਸੀ ਉੱਥੇ ਆਪਾਂ ਟਾਈਲ ਯੂਜ਼ ਕੀਤੀ ਹੈ ਬਿਲਡਰ ਨੇ। ਸੋ ਇਹ ਸਟੇਨਲੈਸ ਸਟੀਲ ਹੈ, ਇੱਥੇ ਇਹ ਉੱਪਰ ਮੋਟੀ ਨੂੰ ਜਾਂਦੀ ਹੈ, ਤੁਹਾਨੂੰ ਦਿਖਾ ਦਿੰਦੇ ਹੁਣੇ। ਇਸ ਤੋਂ ਪਹਿਲਾਂ ਕਿ ਆਪਾਂ ਦੋਵੇਂ ਰੂਮ ਚੈੱਕ ਕਰੀਏ, ਆਪਾਂ ਚੈੱਕ ਕਰ ਲੈਂਦੇ ਹਾਂ ਜੀ ਵਿਹੜਾ। ਇਹ ਤੁਹਾਨੂੰ ਵਿਹੜਾ ਮਿਲ ਜਾਂਦਾ ਜੀ, ਕਿਉਂਕਿ ਈਸਟ ਫੇਸਿੰਗ ਹੈਗੀ ਹੈ ਇਸ ਕਰਕੇ ਇੱਥੇ ਧੁੱਪੇ ਬਹਿਣ ਦਾ ਬਹੁਤ ਤੁਸੀਂ ਸਰਦੀਆਂ 'ਚ ਆਨੰਦ ਮਾਣ ਸਕਦੇ ਹੋ। ਸਾਹਮਣੇ ਵਾਲੀ ਲੋਕੇਸ਼ਨ ਬਹੁਤ ਖੂਬਸੂਰਤ ਆ, ਬਹੁਤ ਸੋਹਣੀ ਗ੍ਰੀਨਰੀ ਮੇਨਟੇਨ ਹੈ, ਆਸ ਪੜੋਸ ਬਹੁਤ ਅੱਛਾ ਆ। ਔਰ ਆਓ ਹੁਣ ਆਪਾਂ ਦੇਖਦੇ ਹਾਂ ਜੀ, ਇਹ ਫਸਟ ਫਲੋਰ ਦੇ ਉੱਤੇ ਆਪਾਂ ਨੂੰ ਜਿਹੜਾ ਲਾਈਟ ਵੈਂਟੀਲੇਸ਼ਨ ਦੀ ਕੋਈ ਕਮੀ ਨਹੀਂ ਹੈ, ਕਿਉਂਕਿ ਕੋਰਨਰ ਵਾਲਾ ਘਰ ਆ। ਇਹ ਫਸਟ ਫਲੋਰ ਦਾ ਫਸਟ ਬੈਡਰੂਮ ਹੈ ਜੀ, ਇਹਦੇ ਨਾਲ ਵੀ ਅਟੈਚ ਇੱਥੇ ਵਾਸ਼ਰੂਮ ਤੁਹਾਨੂੰ ਮਿਲ ਜਾਂਦਾ ਵਾ। ਔਰ ਇਹਦੇ ਨਾਲ ਇੱਧਰ ਆਪਾਂ ਨੂੰ ਇੱਕ ਤੁਸੀਂ ਕਹਿ ਸਕਦੇ ਹੋ ਡਕਟ ਜਾਂ ਵਾਸ਼ਿੰਗ ਏਰੀਆ ਮਿਲ ਜਾਂਦਾ ਵਾ। ਔਰ ਇਹਦੇ ਨਾਲ ਆਪਾਂ ਦੂਸਰੇ ਪਾਸੇ ਅਗਰ ਦੇਖਦੇ ਹਾਂ ਤਾਂ ਉੱਥੇ ਵੀ ਆਪਾਂ ਨੂੰ ਜਿਹੜਾ ਇੱਕ ਹੋਰ ਬੈਡਰੂਮ ਮਿਲ ਜਾਂਦਾ। ਬੈਡਰੂਮ ਬਹੁਤ ਵੱਡੇ ਨਹੀਂ ਗੇ, ਪਰ ਸਿਟੀ ਦੇ ਹਿਸਾਬ ਨਾਲ
ਜਿਹੜਾ ਵਾ ਉਹ ਠੀਕ ਆ। ਇੱਥੇ ਵੀ ਅਟੈਚ ਵਾਸ਼ਰੂਮ ਹੈ ਔਰ ਫਿਟਿੰਗਸ ਜਿਵੇਂ ਮੈਂ ਤੁਹਾਨੂੰ ਦੱਸ ਚੁੱਕਾ ਵਾਂ ਕਿ ਅੱਛੀ ਸਟੇਨਲੈਸ ਸਟੀਲ ਜਿਹੜੀਆਂ ਨੇ ਉਹ ਫਿਟਿੰਗਸ ਇਹਦੇ ਵਿੱਚ ਹੋਈਆਂ ਨੇ। ਡਾਊਨ ਸੀਲਿੰਗ ਅੱਛੀ ਆ, ਵੁੱਡ ਵਰਕ ਜਿਹੜਾ ਵਾ ਉਹ ਠੀਕ ਬਹੁਤ ਵਧੀਆ ਹੋਇਆ ਵਾ। ਸੋ ਇਹਦੇ ਉੱਪਰ ਮੌਂਟੀ ਆ, ਮੌਂਟੀ ਦਾ ਏਰੀਆ, ਉੱਪਰ ਇੱਕ ਰੂਮ ਆ, ਆਹ ਵੀ ਤੁਹਾਨੂੰ ਦਿਖਾ ਦਿੰਦੇ ਆ ਜੋ। ਸੋ ਇਹ ਵੀ ਆਪਾਂ ਨੂੰ ਇੱਕ ਸਪੇਸ ਇੱਥੇ ਮਿਲ ਜਾਂਦੀ ਆ ਯੂਜ਼ ਕਰਨ ਵਾਸਤੇ, ਇਨਵੇਟਰ ਵਗੈਰਾ ਆਪਾਂ ਇੰਸਟਾਲ ਕਰ ਸਕਦੇ ਹਾਂ। ਇਹ ਆਪਾਂ ਟੈਰਸ 'ਤੇ ਆ ਗਏ ਹਾਂ ਜੀ, ਟੈਰਸ ਵੀ ਵੈਲ ਮੇਨਟੇਨ ਟੈਰਸ ਬਣਾਇਆ। ਇਹ ਇੱਕ ਰੂਮ ਆ, ਸਟੋਰ ਰੂਮ ਹੈ ਜੀ। ਇਹ ਸਟੋਰ ਰੂਮ ਦੇ ਨਾਲ ਜਾਂ ਇਹਨੂੰ ਤੁਸੀਂ ਸਰਵੈਂਟ ਰੂਮ ਕਹਿ ਸਕਦੇ ਹਾਂ। ਪਿੱਛੇ ਇਹਦੇ ਨਾਲ ਅਟੈਚ ਜਿਹੜਾ ਵਾ ਉਹ ਵਾਸ਼ਰੂਮ ਨਹੀਂ ਹੈਗਾ, ਕਿਸੇ ਕਾਰਨ ਸਾਡੇ ਕੋਲ ਲੋਕ ਨਹੀਂ ਖੁੱਲ੍ਹ ਪਾਇਆ। ਸੋ ਇਹ ਗਲਾਸ ਦੀ ਤੁਸੀਂ ਦੇਖ ਰਹੇ ਹੋ ਕੰਟਰੇਲ, ਔਰ ਆਸ ਪਾਸ ਦਾ ਬੜਾ ਅੱਛਾ ਸ਼ਾਂਤ ਮਾਹੌਲ। ਔਰ ਇਸ ਕੋਠੀ ਜਿਹੜੀ ਆਸਕਿੰਗ ਪ੍ਰਾਈਜ਼ ਆ ਉਹ ਹੈਗੀ ਆ 65 ਲੱਖ ਰੁਪਈਆ। ਸੋ ਮੇਰਾ ਨਾਮ ਗੁਰਨੇਕ ਸਿੰਘ ਢਿੱਲੋਂ, ਥੈਂਕ ਯੂ ਵੈਰੀ ਮੱਚ।